हेलो जी, सत श्री अकाल सारिआं नूं। वेलकम बैक टू माई चैनल। किवें हो जी तुसीं सारे? आई होप तुसीं सारे ठीक होवोगे। मैं भी ठीक हाँ। अज मौसम च जी बहुत नमी आ, देखो धुंद किन्नी, सर्दियां वांगू धुंद लग रही आ बाहर, देखो दरख्त बहुत दूरों बहुत घट दिख रहे ने, बहुत धुंद आई पई सी अज, पंछी उड़ रहे ने जी। मौसम बहुत वधिया, हुण सवेरे सवेरे मिठी मिठी ठंड होण लग गई जी। अज अपने दिन की शुरुआत आ, हुण करदे आ जी चलो शुरू काम। डस्टिंग वगैरह मैं कर ली सी जी, क्लीनिंग भी सारी हो गई सी, झाड़ू पोचा कर लिया सी, कपड़े भी धो ले सारे। आ देखो कपड़े धोण तो बाद मम्मी बनाउंदे ने इत्थे खीर, चुल्हे की खीर बड़ी स्वाद बनती है जी। देखो मम्मी खीर बनाते ने, मम्मी कहें अज खीर खानी आ, मैं क्या बनाओ जी फिर खाइए आओ तुसी भी खाओ जी। खीर नू पर ठंडा करके जो खाने च मज़ा, वो ठंडा करके ही आ। हुण आपां देखो सर्व करते हैं, ड्राई फ्रूट पा लाँगे ते किहदे विच तुसी पा के देखो कदे शक्कर, शक्कर ने इन्नी ज़्यादा टेस्ट लगती है ना। आ देखो जी मैं अपनी कौली, आओ तुसी भी खाओ। जानू जू भी आ गया सी खेल के, वह कहिंदा मम्मा मैगी खानी आ, फिर दुपहरे मैगी बना ली। देखो जी वह सिंपल मैगी खाँदा है जी, आपां तड़का तुड़का नहीं लावांगे, बस सिंपल पानी दे विच प्याज पा के मसाला, मैगी मसाला पा लिया सी मैं, उस तो बाद मैगी पा ली सीगी ते उन्हें देती सीगी। उहदे एग्जाम खत्म हो गए जी, देखो फ्री होया होया हुण, बच्चों नूं घरे तुहानूं पता ही है फिर भुख बहुत ज़्यादा लगती है पंज मिनट बाद मम्मा आ दे दो, मम्मा आ दे दो। आखो जी मैगी बनती है, हुण आपां नूं नाल दी नाल बना के दे देंगे। उस तो बाद शाम दे कम शुरू हो जाणगे जी। बस औरतां दा तुहानूं पता ही है घर च कम कार मुकदे ही नहीं जी। ਐਂ ਤਾਂ ਮੁਕਾਉਣ ਨੂੰ ਜੀ ਕੰਮ ਜਿੰਨੇ ਮਰਜ਼ੀ ਛੱਡ ਕੇ ਬੈਠ ਜਾਓ, ਪਰ ਤੁਹਾਨੂੰ ਪਤਾ ਹੀ ਆ ਕੰਮ ਕਿੱਥੇ ਮੁੱਕਦੇ ਨੇ ਜੀ। ਉਸ ਤੋਂ ਬਾਅਦ ਮੈਂ ਦਾਲ ਧਰੂੰਗੀ, ਅੱਜ ਸ਼ਾਮ ਨੂੰ ਦਾਲ ਬਣਾਉਣੀ ਸੀਗੀ। ਮੈਂ ਕਿਹਾ ਚਲੋ ਲਸਣ ਛਿੱਲ ਕੇ ਰੱਖ ਲੈਂਦੀ ਹਾਂ ਪਹਿਲਾਂ, ਫਿਰ ਮੈਂ ਲਸਣ ਛਿੱਲਣ ਲੱਗ ਗਈ ਸੀਗੀ ਬਹਿ ਕੇ ਜੀ। ਬਸ ਨਾਲ ਦੀ ਨਾਲ ਮੰਮੀ ਨੇ ਇੱਥੇ ਗੱਲਾਂ ਕਰ ਰਹੀ ਸੀ ਅਤੇ ਨਾਲੇ ਲਸਣ ਛਿੱਲਿਆ ਚਲੋ ਆਪਣਾ। ਉਸ ਤੋਂ ਬਾਅਦ ਜੀ ਫਿਰ ਮੈਂ ਆਪਣਾ ਧਨੀਆ ਪੀਸਿਆ, ਧਨੀਆ ਮੈਂ ਸਾਬਤਾ ਮੰਗਾ ਲੈਂਦੀ ਹਾਂ ਜੀ, ਇਹਦੀ ਖੁਸ਼ਬੂ ਬਹੁਤ ਜ਼ਿਆਦਾ ਵਧੀਆ ਹੁੰਦੀ ਹੈ ਜੀ। ਆਪਾਂ ਧਨੀਆ ਪੀਸਿਆ ਹੋਇਆ ਮੰਗਾਉਂਦੇ ਹਾਂ ਉਹਦਾ ਉਨਾ ਟੇਸਟ ਵਧੀਆ ਨਹੀਂ ਹੁੰਦਾ ਜੀ, ਇਹਨੂੰ ਥੋੜ੍ਹਾ ਦਰਦਰਾ ਪੀਸਿਆ ਤਾਂ ਜੋ ਇਹ ਹੋਰ ਵੀ ਟੇਸਟ ਵਧਾਵੇ। ਇਹਨੂੰ ਪੀਸ ਕੇ ਹੁਣ ਮੈਂ ਡੱਬੀ 'ਚ ਪਾ ਲਿਆ ਸੀ, ਆਪਣਾ ਹਫ਼ਤਾ ਆਰਾਮ ਨਾਲ ਨਿੰਘ ਜਾਵੇਗਾ, ਹਫ਼ਤੇ ਬਾਅਦ ਦੁਬਾਰਾ ਫਿਰ ਪੀਸ ਲਵਾਂਗੇ। ਚਲੋ ਜੀ ਇਹ ਪੀਸ ਕੇ ਹੁਣ ਆਪਾਂ ਧਰਦੇ ਹਾਂ ਦਾਲ। ਦਾਲ ਮੈਂ ਮੂੰਗੀ ਅਤੇ ਦਲਵੇਂ ਛੋਲਿਆਂ ਦੀ ਪਾਈ ਸੀ ਜੀ, ਹਰੀ ਮੂੰਗੀ ਅਤੇ ਦਲਵੇਂ ਛੋਲਿਆਂ ਦੀ ਦਾਲ ਧਰੀ ਸੀ ਅੱਜ। ਇਹਨੂੰ ਪਾ ਕੇ ਹੁਣ ਚੰਗੀ ਤਰ੍ਹਾਂ ਧੋ ਲਵਾਂਗੇ ਪਹਿਲਾਂ ਆਪਾਂ। ਮੈਨੂੰ ਥੋੜ੍ਹੀ ਜਿਹੀ ਘੱਟ ਲੱਗੀ, ਮੈਂ ਫਿਰ ਛੋਲਿਆਂ ਦੀ ਦਾਲ ਪਾ ਲਈ ਹੋਰ ਵਿੱਚ ਥੋੜ੍ਹੀ ਜਿਹੀ, ਅਤੇ ਇਸ ਤੋਂ ਬਾਅਦ ਚੰਗੀ ਤਰ੍ਹਾਂ ਧੋ ਲਵਾਂਗੇ ਦੋ ਤਿੰਨ ਪਾਣੀ ਕੱਢ ਕੇ। ਮੈਂ ਗੈਸ 'ਤੇ ਕੁੱਕਰ ਧਰਤਾ ਸੀਗਾ ਜੀ ਪਾਣੀ, ਮੈਂ ਕਿਹਾ ਚਲੋ ਇੰਨੇ ਥੋੜ੍ਹਾ ਗਰਮ ਹੋਊਗਾ, ਉਹਤੋਂ ਬਾਅਦ ਵੀ ਦਾਲ ਧੋ ਕੇ ਉਹਦੇ ਵਿੱਚ ਪਾ ਦੇਵਾਂਗੇ। ਅਤੇ ਇਸ ਵਿੱਚ ਪਾਵਾਂਗੇ ਬਸ ਆਪਾਂ ਹਲਦੀ ਅਤੇ ਇਕੱਲਾ ਲੂਣ, ਅਤੇ ਥੋੜ੍ਹਾ ਜਿਹਾ ਮੈਂ ਦੇਸੀ ਘਿਓ ਵੀ ਪਾ ਦਿੰਦੀ ਹੁੰਦੀ ਹਾਂ ਜੀ, ਤਾਂ ਜੋ ਦਾਲ ਜਾਂ ਆਪਣਾ ਗੈਸ ਬਣਦੀ ਆ ਸੀਟੀ ਉਬਲੇ ਨਾ। ਜੇ ਆਪਾਂ ਘਿਓ ਜਾਂ ਤੇਲ ਕੁਛ ਵੀ ਪਾ ਸਕਦੇ ਹੋ ਤੁਸੀਂ ਪਾ ਦਈਏ, ਤਾਂ ਫਿਰ ਉਹ ਨਹੀਂ ਹੁੰਦੀ, ਉਬਲਦੀ ਨਹੀਂ ਜੀ ਦਾਲ। ਉਹ ਤੋਂ ਬਾਅਦ ਪੰਜ ਸੀਟੀਆਂ ਵਜਾਈਆਂ ਸੀ ਜੀ ਮੈਂ, ਅਤੇ ਨਾਲ ਦੀ ਨਾਲ ਆਪਾਂ ਤੜਕਾ ਤਿਆਰ ਕਰ ਲਿਆ ਆਪਣਾ। ਲਸਣ ਪਹਿਲਾਂ ਹਿੰਗ ਪਾਤੀ ਜੀ, ਫਿਰ ਜੀਰਾ, ਫਿਰ ਲਸਣ, ਮੇਰਾ ਲਸਣ ਜ਼ਿਆਦਾ ਹੀ ਬਰਾਊਨ ਹੋ ਗਿਆ ਸੀ, ਨਾਲ ਦੀ ਨਾਲ ਮੈਂ ਪਿਆਜ਼ ਵੀ ਪਾਤਾ ਜੀ। ਫਿਰ ਤੜਕਾ ਬਸ ਲਾ ਲਿਆ ਸੀ ਜੀ ਸ਼ਾਮ ਦੇ, ਤਾਂ ਦੇਖੋ ਹੁਣ ਦਿਨ ਬਹੁਤ ਫਰਕ ਪੈ ਗਿਆ, ਛੋਟੇ ਹੋਣ ਲੱਗ ਗਏ ਜੀ। ਸ਼ਾਮ 4 ਵਜੇ ਤੋਂ ਤਾਂ ਦਿਨ ਖੜਦਾ ਹੀ ਨਹੀਂ, ਇੱਕ ਲੰਚ ਅਸੀਂ ਕਰਦੇ ਨਹੀਂ ਹੈਗੇ, ਇਸ ਕਰਕੇ ਅਸੀਂ ਡਿਨਰ ਜਲਦੀ ਕਰ ਲੈਂਦੇ ਹਾਂ ਜੀ, 7 ਵਜੇ ਨੂੰ, 7:45 'ਤੇ ਕਰ ਲੈਂਦੇ ਨੇ ਡੈਡੀ ਜੀ, ਲੈ ਲੈਂਦੇ ਨੇ ਰੋਟੀ।
ਚਲੋ ਹੁਣ ਬਸ ਮੈਂ ਨਾਲ ਦੀ ਨਾਲ ਤੜਕਾ ਧਰ ਕੇ ਆਟਾ ਗੁੰਨ ਲਿਆ ਸੀ ਕੋਲੇ। ਆਟਾ ਗੁੰਨ ਕੇ ਹੁਣ ਆਪਾਂ ਤੜਕਾ ਬਸ ਵਿੱਚ ਦਾਲ ਦੇ ਪਾ ਦੇਵਾਂਗੇ ਨਾਲ ਦੀ ਨਾਲ, ਜੋ ਹੌਲੀ ਸਿਮ ਕਰਕੇ ਮੈਂ ਧਰਤਾ ਸੀਗਾ। ਦੇਖੋ ਟਾਈਮ ਵੇਸਟ ਕਰਨ ਨਾਲੋਂ ਤਾਂ ਵਧੀਆ ਵੀ ਨਾਲ ਦੀ ਨਾਲ ਆਪਾਂ ਉਹ ਟਾਈਮ ਦਾ ਉਪਯੋਗ ਕਰ ਲਈਏ ਜੀ। ਟਮਾਟਰ ਪਾ ਤੇ ਮੈਂ, ਹੁਣ ਇਹਨਾਂ ਨੂੰ ਵੀ ਥੋੜ੍ਹਾ ਜਿਹਾ ਸੇਕ ਲਵਾਵਾਂਗੇ ਜੀ। ਫਿਰ ਆਪਾਂ ਲੂਣ ਮਿਰਚ ਪਾਵਾਂਗੇ, ਲੂਣ ਅਤੇ ਹਲਦੀ ਤਾਂ ਜੀ ਪਾਈ ਹੋਈ ਹੈ, ਮਿਰਚ ਅਤੇ ਆਪਾਂ ਮਸਾਲੇ ਹੀ ਪਾਉਣੇ ਨੇ। ਮਿਰਚ, ਧਨੀਆ ਪਾਊਡਰ, ਗਰਮ ਮਸਾਲਾ ਜੀ, ਇਹ ਸਾਰੀਆਂ ਚੀਜ਼ਾਂ ਪਾ ਕੇ ਬਸ। ਆਈ ਹੋਪ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ, ਤਾਂ ਪਲੀਜ਼ ਪਲੀਜ਼ ਇਹਨੂੰ ਲਾਈਕ ਅਤੇ ਸ਼ੇਅਰ ਕਰੋ, ਚੈਨਲ ਨੂੰ ਸਬਸਕ੍ਰਾਈਬ ਕਰੋ। ਚਲੋ ਮਿਲਦੇ ਹਾਂ ਜੀ ਇੱਕ ਨਵੀਂ ਹੋਰ ਵੀਡੀਓ 'ਚ। ਬਾਏ ਬਾਏ, ਟੇਕ ਕੇਅਰ।